ਲੱਭ ਲੈਣ ਦਿਓ ਮੈਨੂੰ ਆ ਜੀ, ਇਹ ਇੰਨੇ ਨੇ ਪੈਸੇ ਖਰਚ ਕਰਕੇ ਇਹ ਪਿੱਲਰ ਖੜ੍ਹੇ ਕੀਤੇ ਆ, ਇਹ ਬਦਲਾ ਜੀ, ਇਹ ਬਦਲਾ, ਅਤੇ ਮੂਹਰੇ ਇੱਥੇ ਪਤਾ ਨਹੀਂ ਕੀ ਟਰੱਕ ਕੀ ਕਬਜ਼ਾ ਕੀ ਨਹੀਂ, ਇੱਥੇ ਕੋਈ ਸਮਝ ਨਹੀਂ। ਇਹ ਇੱਕ ਪਾਸੇ ਦੀਆਂ ਅੱਜ ਬਹੁਤ ਦਿਨ ਮੈਂ ਰੋਜ਼ ਦੇਖ ਕੇ, ਜਦੋਂ ਡੰਪ ਨੇ ਸਭ ਕੁਛ ਨੇ ਬਣਾਏ ਹੋਏ ਨੇ, ਅਤੇ ਇਹ ਹਾਲਾਤ ਕੀ ਨੇ ਉਰੇ ਦੇਖੋ। ਹਾਂ ਹਾਲਾਤ ਨੇ ਸਮਾਰਟ ਲੁਧਿਆਣੇ ਦੇ, ਮੈਨੂੰ ਨਹੀਂ ਸਮਝ ਆਉਂਦੀ ਬਈ ਇਹ ਜਿਹੜਾ ਇੰਨੇ ਹਜ਼ਾਰਾਂ ਕਰੋੜ ਰੁਪਈਆ ਹੈ, ਕੌਣ ਇਹਨੂੰ ਖਾ ਰਿਹਾ, ਕੌਣ ਇਹਨੂੰ ਕੀ ਕਰ ਰਿਹਾ, ਕਿਸੇ ਨੂੰ ਕੋਈ ਸਮਝ ਨਹੀਂ ਗੀ। ਹੁਣ ਤੁਸੀਂ, ਮੈਂ ਤੁਹਾਨੂੰ ਦਰਸ਼ਨ ਕਰਾਉਣਾ, ਆ ਸਮਾਰਟ ਸਿਟੀ ਆ ਦੇਖੋ, ਐਡੇ ਨੇ ਪੈਸੇ ਖਰਚ ਕਰਕੇ ਆ ਵੈਲਕਮ ਸਮਾਰਟ ਲੁਧਿਆਣਾ। ਰੁਕ ਜਾਓ ਬੇਟਾ, ਦੋ ਮਿੰਟ ਰੁਕ ਜਾਓ, ਮੈਨੂੰ ਉਹ ਦਿਖਾ ਲੈਣ ਦਿਓ। ਲੱਭ ਲੈਣ ਦਿਓ ਮੈਨੂੰ ਆ ਜੀ, ਇਹ ਇੰਨੇ ਨੇ ਪੈਸੇ ਖਰਚ ਕਰਕੇ ਇਹ ਪਿੱਲਰ ਖੜ੍ਹੇ ਕੀਤੇ ਆ, ਇਹ ਬਦਲਾ ਜੀ, ਇਹ ਬਦਲਾ, ਅਤੇ ਮੂਹਰੇ ਇੱਥੇ ਪਤਾ ਨਹੀਂ ਕੀ ਟਰੱਕ ਕੀ ਕਬਜ਼ਾ ਕੀ ਨਹੀਂ, ਇੱਥੇ ਕੋਈ ਸਮਝ ਨਹੀਂ ਗੀ, ਇੱਥੇ ਹੋ ਕੀ ਰਿਹਾ। ਇਹ ਇੱਕ ਪਾਸੇ ਦੀਆਂ ਅੱਜ ਬਹੁਤ ਦਿਨ ਮੈਂ ਰੋਜ਼ ਦੇਖ ਕੇ, ਜਦੋਂ ਡੰਪ ਨੇ ਸਭ ਕੁਛ ਨੇ ਬਣਾਏ ਹੋਏ ਨੇ, ਅਤੇ ਇਹ ਹਾਲਾਤ ਕੀ ਨੇ ਉਰੇ ਦੇਖ ਲਓ, ਕਿੱਥੇ ਸੁੱਤੇ ਪਏ ਆ, ਕਿਹੜੀ ਨੀਂਦ ਸੁੱਤੇ ਪਏ ਆ, ਕਿਹੜੀ ਨੀਂਦ ਇਹ ਕੁੰਭਕਰਨ ਜੀ ਸੌਂ ਚੁੱਕੇ ਨੇ। ਨਹੀਂ 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 ਆ ਦੇਖੋ ਜੀ, ਹਾਲ ਦੇਖੋ ਉਰੇ ਕੀ ਹੋ ਰਿਹਾ। ਆ ਹਾਲਾਤ ਨੇ ਸਮਾਰਟ ਲੁਧਿਆਣੇ ਦੇ, ਮੈਨੂੰ ਨਹੀਂ ਸਮਝ ਆਉਂਦੀ ਬਈ ਇਹ ਜਿਹੜਾ ਇੰਨੇ ਹਜ਼ਾਰਾਂ ਕਰੋੜ ਰੁਪਈਆ ਹੈ, ਕੌਣ ਇਹਨੂੰ ਖਾ ਰਿਹਾ, ਕੌਣ ਇਹਨੂੰ ਕੀ ਕਰ ਰਿਹਾ, ਕਿਸੇ ਨੂੰ ਕੋਈ ਸਮਝ ਨਹੀਂ ਗੀ। ਇਹ ਲੁਧਿਆਣੇ ਦੀ ਐਂਟਰੈਂਸ ਆ, ਅਤੇ ਇਹ ਗੰਦ ਆ ਜਿਹੜਾ ਭਰਿਆ ਪਿਆ ਲੁਧਿਆਣੇ, ਇਹ ਹਾਈਵੇ ਜਿਹੜਾ ਹੈ ਇਹ ਦਿੱਲੀ ਤੋਂ ਵੀ ਆਪਾਂ ਇੱਥੋਂ ਆਉਂਦੇ ਹਾਂ, ਅਤੇ ਸਾਰਾ ਟੋਟਲ ਜਿਹੜਾ ਹੈ ਮੈਂ ਸਮਝਦਾ ਜਦੋਂ ਅੰਬਾਲੇ ਤੋਂ ਲੈ ਕੇ ਸਾਰੇ ਸ਼ਹਿਰਾਂ ਤੋਂ ਟ੍ਰੈਫਿਕ ਆ ਜਿਹੜੀ ਦਿੱਲੀ ਤੋਂ ਲੈ ਕੇ, ਜੇ ਕਿਸੇ ਨੇ ਲੁਧਿਆਣੇ ਐਂਟਰ ਹੋਣਾ ਤਾਂ ਇਹ ਰਾਹ ਹੈ। ਇਹ ਸਮਾਰਟ ਸਿਟੀ ਦਾ ਜਨਾਜ਼ਾ ਜਿਹੜਾ ਉਹ ਕੱਢਿਆ ਹੋਇਆ ਉਰੇ, ਫਿਰ ਜੇ ਕਹੋ ਤਾਂ ਕਹਿਣਗੇ ਵੀ ਸਾਨੂੰ ਕਹਿੰਦੇ ਕਿਉਂ ਜੀ, ਕਿੱਥੇ ਆ ਪੈਸਾ ਤੁਹਾਡਾ,
ਨਾ ਤੁਸੀਂ ਕੋਈ ਕੌਂਸਲਰਾਂ ਦੀ ਇਲੈਕਸ਼ਨ ਕਰਾਈ, ਨਾ ਪੰਜੀ ਤੁਸੀਂ ਉਹਨਾਂ ਦੀ ਦੇ ਰਹੇ ਹੋ, ਨਾ ਤੁਸੀਂ ਕਿਤੇ 20 ਗੰਦ ਦੇ ਢੇਰ ਢੇਰ ਗੰਦ ਦੇ ਯਾਰ ਹਰ ਪਾਸੇ, ਕਿੱਥੇ ਤੁਹਾਡੇ ਚਲੇ ਗਏ ਸਾਰੇ? ਕਿੰਨੇ ਅਸੀਂ ਕਮਿਸ਼ਨਰ ਸਾਹਿਬ ਜਾਗੋ ਤੇ ਜਿਹੜੇ ਵੀ ਐਸ ਸੀ ਨੇ ਇਸ ਏਰੀਏ ਦੇ ਜਾਂ ਉਹ, ਤੁਸੀਂ ਐਮ ਐਲ ਏ ਦੇ ਮਗਰ ਫਿਰਨਾ ਬੰਦ ਕਰੋ, ਕੰਮ ਕਰੋ ਕੰਮ। ਆਹ ਸਥਿਤੀ ਕਦੇ ਲੁਧਿਆਣੇ ਦੀ ਨਹੀਂ ਹੋਈ ਸੀ, ਕਦੇ ਵੀ ਇਹ ਸਥਿਤੀ ਨਹੀਂ ਹੋਈ ਸੀ, ਤੇ ਨਹੀਂ ਆਉਣ ਵਾਲੇ ਦਿਨਾਂ ਚ ਅਸੀਂ ਵੱਡਾ ਜਿਹੜਾ ਇਹਦੇ ਉੱਤੇ, ਜੇ ਤੁਸੀਂ ਸਫਾਈ ਅਭਿਆਨ ਨਹੀਂ ਚਲਾਇਆ। ਕੱਲ ਹੀ ਮੈਨੂੰ ਦੱਸਿਆ ਕਿਸੇ ਨੇ, ਤੁਸੀਂ ਕਿਸੇ ਨੂੰ ਖੁਸ਼ ਕਰਨ ਲਈ ਡੀ ਜ਼ੋਨ ਦੇ ਪਿੱਛੇ ਜਿਹੜਾ ਉਹ ਪੋਲਾ ਉਹਦੇ ਥੱਲੇ ਤੁਸੀਂ ਬੈਡਮਿੰਟਨ ਕੋਰਟ ਬਣਾ ਰਹੇ ਹੋ, ਰੋਡ ਸੇਫਟੀ ਤੋਂ ਤੁਸੀਂ ਪਰਮਿਸ਼ਨ ਲਈ, ਉਹ ਕੱਲ ਮੈਂ ਜਾ ਕੇ ਦੇਖੂੰਗਾ। ਜੇ ਕੋਈ ਉੱਥੇ ਤੁਸੀਂ ਬੈਡਮਿੰਟਨ ਕੋਰਟ ਬਣਾ ਰਹੇ ਹੋ ਉਹ ਸੜਕ ਤੋਂ, ਜੇ ਕੋਈ ਗੱਡੀ ਉੱਥੇ ਐਕਸੀਡੈਂਟ ਹੋ ਗਿਆ ਕਿਸੇ ਬੱਚੇ ਨੂੰ ਖੇਡਦੇ ਨੂੰ, ਕੌਣ ਜ਼ਿੰਮੇਵਾਰ ਹੋਏਗਾ? ਕਿਹਦੀ ਜ਼ਿੰਮੇਵਾਰੀ ਹੋਏਗੀ ਜੀ? ਕਿਸੋਂ ਤੁਸੀਂ ਪਰਮਿਸ਼ਨ ਨਹੀਂ ਲੈ ਰਹੇ? ਹੋਰ ਖੇਡਣ ਨੂੰ ਗਰਾਊਂਡ ਥੋੜੇ ਆ, ਹੁਣ ਸੜਕਾਂ ਹੀ ਰਹਿ ਗਈਆਂ, ਸੜਕਾਂ ਦੇ ਥੱਲੇ ਹੀ ਰਹਿ ਗਏ ਜਿੱਥੇ ਅਦਾ ਧੁੰਦ ਜਿਹੜੀ ਟ੍ਰੈਫਿਕ ਚੱਲਦੀ ਆ। ਕੋਈ ਇੱਧਰ ਨੂੰ ਚਲੀ ਗਈ ਗੱਡੀ, ਕਿਸੇ ਤਰੀਕੇ ਦੇ ਬ੍ਰੇਕ ਫੇਲ ਹੋ ਗਏ, ਕਿਸੇ ਦਾ ਕੁਛ ਹੋ ਗਿਆ, ਤੇ ਤੁਸੀਂ ਸੜਕਾਂ ਤੋਂ ਸਿੱਧੇ ਉਹ ਲੋਕਾਂ ਦੇ ਉੱਤੇ ਗੱਡੀਆਂ ਚੜਵਾਓਗੇ? ਜਿਹੜੇ ਪਾਰਕ ਨੇ, ਜਿਹੜੇ ਬਣਾਏ ਹੋਏ ਗਰਾਊਂਡ ਨੇ, ਉਹਨਾਂ ਦਾ ਤੁਸੀਂ ਸੰਭਾਲਦੇ ਨਹੀਂ? ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ। ਜੋ ਤੁਸੀਂ ਸ਼ਹਿਰ ਸਭ ਦਾ ਏ, ਸ਼ਹਿਰ ਇਕੱਲਾ ਆਮ ਆਦਮੀ ਪਾਰਟੀ ਦਾ ਨਹੀਂ ਜਾਂ ਸਰਕਾਰ ਦਾ ਨਹੀਂ ਗਾ, ਇੰਨਾ ਮਾੜਾ ਪ੍ਰਬੰਧ ਕਦੇ ਵੀ ਮੈਂ ਨਹੀਂ ਦੇਖਿਆ ਲੁਧਿਆਣੇ ਦਾ, ਜਿੰਨਾ ਮਾੜਾ ਪ੍ਰਬੰਧ ਹੁਣ ਇਸ ਰਜੀਮ ਦੇ ਥੱਲੇ, ਇਸ ਅਫਸਰਸ਼ਾਹੀ ਦੇ ਥੱਲੇ ਹੋ ਰਿਹਾ। ਹਜੇ ਵੀ ਇਹ ਸੁਧਰ ਜੋ, ਸੁਧਾਰੋ ਆਪਣੇ ਆਪ ਨੂੰ, ਲੁਧਿਆਣੇ ਨੂੰ ਜਿਹੜਾ ਇਹ ਗੰਦਗੀ ਦਾ ਤੁਸੀਂ ਸ਼ਹਿਰ ਬਣਾਤਾ, ਇਹ ਬੰਦ ਕਰੋ। ਐਸਾ ਕਦੇ ਵੀ ਨਹੀਂ ਹੋਇਆ ਸੀ ਲੁਧਿਆਣੇ 'ਚ। ਜੋ ਵਾਰਡਾਂ ਦੇ ਅੰਦਰ ਗੰਦਗੀ ਪਈ ਆ, ਕਿਤੇ ਕੋਈ ਚੱਕ ਨਹੀਂ ਰਿਹਾ, ਕੰਪੈਕਟਰ ਚੱਲ ਨਹੀਂ ਰਹੇ, ਡੌਗ ਬਾਈਟਿੰਗ ਐਡਾ ਅਸੀਂ ਵਧੀਆ ਬਣਾਇਆ ਸੀ, ਦੇਖਿਆ 7 ਸਾਲ ਦੀ ਕੁੜੀ ਨੂੰ ਕਿਸ ਤਰੀਕੇ ਨਾਲ ਉਹ ਕੁੱਤੇ ਨੋਚ ਕੇ ਖਿੱਚ ਕੇ ਲੈ ਗਏ। ਡੌਗ ਪਾਰਕ ਬਣਾਇਆ ਸੀ ਤੁਹਾਡਾ, ਉਹ ਬੰਦ ਹੋ ਗਿਆ। ਬੁੱਢੇ ਨਾਲੇ ਦੇ 650 ਕਰੋੜ ਰੁਪਇਆ ਤੁਹਾਨੂੰ ਲਿਆ ਕੇ ਦਿੱਤਾ, ਉਹ ਮੈਂ ਦੇਖ ਰਿਹਾ ਸੀ ਤੁਹਾਨੂੰ ਵੀ ਤੁਸੀਂ ਕੁਛ ਕਰਦੇ ਹੋ ਜਾਂ ਨਹੀਂ ਕਰਦੇ, ਉਹ 'ਚ ਵੀ ਤੁਸੀਂ ਹੱਥੇ ਹੱਥ ਹੀ ਬੈਠੇ ਹੋ। 1 ਡੱਕਾ ਦੂਰਾ ਨਹੀਂ ਕੀਤਾ ਜਦੋਂ ਦੇ ਅਸੀਂ ਗਏ ਹਾਂ। ਹਜੇ ਕਿ ਐਨ ਜੀ ਟੀ ਨੇ ਸੋਲਿਡ ਵੇਸਟ ਦਾ ਪੈਸਾ ਪਾਇਆ ਹਜੇ 1000 ਕਰੋੜ, ਜਿਹਦੇ ਵਿੱਚੋਂ 100-150 ਕਰੋੜ ਰੁਪਇਆ ਇਕੱਲਾ ਲੁਧਿਆਣੇ ਨੂੰ ਆ ਰਿਹਾ, ਤੇ ਅਗਲੀ ਪਲੈਂਟੀ ਐਨ ਜੀ ਟੀ ਪਾਉਣ ਨੂੰ ਤਿਆਰ ਆ। ਫਿਰ ਸਾਡੇ ਹਿੱਸੇ ਜਿਹੜਾ ਲਿਕੁਇਡ ਵੇਸਟ ਦਾ ਜਾਂ ਹੋਰ 150-200 ਕਰੋੜ ਰੁਪਇਆ ਫਿਰ ਲੁਧਿਆਣੇ ਨੂੰ ਫਾਈਨ ਲੱਗੂਗਾ, ਤੇ ਉਹ ਜਿਹੜਾ 100-150 ਕਰੋੜ ਪਹਿਲਾਂ ਫਾਈਨ, ਤੇ ਜਿਹੜਾ ਉਹ ਸੋਲਿਡ ਵੇਸਟ ਦਾ, ਤੇ ਹੁਣ ਲਿਕੁਇਡ ਵੇਸਟ ਕਿੱਥੋਂ ਅਸੀਂ ਭਰਾਂਗੇ ਜੀ? ਕਾਰਪੋਰੇਸ਼ਨ 200-300 ਕਰੋੜ ਰੁਪਇਆ ਕਿੱਥੋਂ ਪੈਸਾ ਭਰੇਗੀ ਐਨ ਜੀ ਟੀ ਦਾ? ਤੁਹਾਨੂੰ ਕੋਈ ਪਰਵਾਹ ਨਹੀਂ। ਇਸ ਕਰਕੇ ਹਜੇ ਵੀ ਮੌਕਾ, ਆਪਣਾ ਕੰਮ ਸੰਭਾਲੋ, ਨਹੀਂ ਇਹ ਲੀਡਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ, ਇਹ ਤੁਹਾਨੂੰ ਬਚਾ ਨਹੀਂ ਸਕਣਗੇ, ਤੁਸੀਂ ਇਹਨਾਂ ਦੇ ਫੰਗਾਂ ਥੱਲੇ ਬਚ ਨਹੀਂ ਸਕੋਗੇ ਜੋ ਤੁਸੀਂ ਲੁਧਿਆਣੇ ਨਾਲ ਕਰ ਰਹੇ ਹੋ। ਆਪਣੀ ਡਿਊਟੀ ਸੰਭਾਲੋ, ਤੁਸੀਂ ਯੂ ਆਰ ਪਬਲਿਕ ਸਰਵੈਂਟ।